वाह जी वाह, मोहम्मद आलम साहब दिल खुश कर दिता जे। अच्छा जी, फिर इस तरह तुसी अपना पिंडां दे विच पिड़ ला के ते पिंडां वाले नूं अपने फन दा तुसी कमाल दिखांदे रहे ते उन्हां दिल खुश करदे रहे जनाब। एक गल पिंडां विच फिरदी रही जनाब ते सारे पंजाब विच मशहूर होए तुसी, उस दी बाद गल टुरदी टुरदी शहरां तक पहुंची जी जनाब। हुण तुसी इह फरमाओ कि शहरां दे विच जे गल जी पहुंची तो की सी, शहरां दे कोल जिहड़े मेले लगदे सन तुसी उत्थे जांदे सौ जां शहरां दे विच जांदे सौ, जां की शकल सी जदों तुसी इस तरह करके ते अगे इह अपनी गल नूं वधाया? मैं जनाब, मेरे पिंड दे बंदे इत्थे लाहौर शहर दे विच जी जिमीदार तबका मेहनत मुशक्कत करन वास्ते आए। अच्छा जी। उन्हां के साडे इलाके च इक लोहार गाउंदा देहाती पंजाबी, असां उह सुनना चाहने। ਉਹ ਸਾਰਿਆਂ ਬੰਦਿਆਂ ਇਕੱਠਿਆਂ ਹੋ ਕੇ ਜਨਾਬ ਮੈਨੂੰ ਇੱਥੇ ਮੇਵਾ ਮੰਡੀ 'ਚ ਬੁਲਾ ਲਿਆ। ਅੱਛਾ। ਮੈਂ ਇੱਥੇ ਜਨਾਬ ਗਾਣੇ ਵਾਸਤੇ ਆ ਗਿਆ ਜੀ, ਲਾਹੌਰ। ਲਾਹੌਰ ਜੀ। ਮੈਂ ਘੜੇ ਦੇ ਨਾਲ ਹੀਰ ਪੜ੍ਹਨੀ, ਸਹਿਮਲੂ ਪੜ੍ਹਨਾ ਜੀ ਜੀ ਇਹ ਸ਼ੁਰੂ ਕੀਤਾ। ਮਸਜਿਦਾਂ 'ਚ ਜਾ ਕੇ ਨਾਤਾਂ ਪੜ੍ਹਨੀਆਂ, ਸੁਭਾਨ ਅੱਲਾ, ਇਹ ਖੁਸ਼ ਹੈਰਾਨੀ ਨਾਲ ਸਾਰਾ ਸ਼ੌਕ ਨਾਲ ਗਾਣਾ ਗਾਣਾ ਜੀ। ਪੰਜਾਬ ਦੇ ਜਿੰਨੇ ਗਾਣੇ ਹੈਨ ਨੇ ਜਨਾਬ, ਉਹਨਾਂ ਦਾ ਮੈਨੂੰ ਸ਼ੌਕ ਪੈਦਾ ਹੋ ਗਿਆ ਕਿ ਮੈਂ ਇਸ ਮੁਸੀਕੀ ਵੱਲ ਥੋੜ੍ਹਾ ਥੋੜ੍ਹਾ ਹਿੱਸਾ ਲੈਂਦਾ ਜਾਵਾਂ, ਇਸ ਗੀਤਾਂ ਨੂੰ ਹੋਰ ਵੀ ਰੰਗ ਦੇਈ ਜਾਵਾਂ ਜੀ। ਜਿਹੜੇ ਲੋਕ ਗੀਤ ਹੈ ਸਨ ਉਹਨਾਂ ਨੂੰ ਮੈਂ ਇੱਕ ਅਜੀਬ ਰੰਗ ਦੇ ਵਿੱਚ ਗਾਉਂਦਾ ਚਲਾ ਗਿਆ। ਠੀਕ। ਇੱਥੇ ਮੈਂ ਜਨਾਬ ਗਾ ਰਿਹਾ ਸੀ ਰਾਤ ਨੂੰ, ਇੱਥੇ ਇੱਕ ਜਾਨਕੀ ਦਾਸ ਹੁੰਦਾ ਸੀ ਜਨਾਬ, ਮੈਂ ਬੱਚਾ ਸਾਂ, ਮੈਨੂੰ ਕਹਿਣ ਲੱਗਾ ਤੂੰ ਤਵੇ ਪਰ ਆਏਗਾ। ਅੱਛਾ ਅੱਛਾ, ਉਹ ਤਵੇ ਜਿਹਨੂੰ ਅਸੀਂ ਹੁਣ ਰਿਕਾਰਡ ਕਹਿੰਦੇ ਹਾਂ। ਮੈਂ ਕਿਹਾ ਉਹ ਤਵੇ, ਮੈਂ ਕਿਹਾ ਜੀ ਉਹ ਤਵੇ ਕੀ ਹੁੰਦੇ ਨੇ? ਅੱਛਾ ਅੱਛਾ, ਉਹ ਤੱਤੇ ਤਵੇ ਤਾਂ ਨਹੀਂ ਹੁੰਦੇ। ਮੈਂ ਕਿਹਾ ਜੀ ਮੈਂ ਲੁਹਾਰ ਹਾਂ ਤੇ ਤਵੇ ਤਾਂ ਅਸੀਂ ਉਂਝੀ ਬੜੇ ਬਣਾਉਂਦੇ ਹਾਂ। ਉਹ ਕਹਿ ਲਗਾ ਬਈ ਨਹੀਂ ਰਿਕਾਰਡ, ਉਦੋਂ ਜਨਾਬ ਰਿਕਾਰਡ ਵੀ ਨਹੀਂ ਸੀ ਕਹਿੰਦੇ, ਹਾਂਜੀ ਤਵੇ ਹੀ ਕਹਿੰਦੇ ਸਨ ਜਨਾਬ। ਮੈਂ ਪਿੰਡਾਂ ਵਿੱਚ ਗਾਉਣਾ ਉਹ ਜੀ ਤਵੇ ਵਾਲਾ ਵਾਜਾ ਸੁਣਿਆ, ਤਵੇ ਵਾਲਾ ਵਾਜਾ, ਤਵੇ ਵਾਲਾ ਜਨਾਬ, ਉੱਥੇ ਤੂਤੂ ਜੇ ਦਾ ਨਮੂਨਾ ਹੋਣਾ, ਇੱਕ ਕੁੱਤਾ ਬੈਠਾ ਹੋਣਾ ਜੀ, ਹਾਂ ਜੀ ਉਹ ਜਨਾਬ ਮੈਨੂੰ ਇੱਥੇ, ਮੈਂ ਜਨਾਬ ਮੈਨੂੰ ਉਹ ਲੈ ਗਿਆ ਜਿਸ ਮੇਰਾ ਪਹਿਲਾ ਰਿਕਾਰਡ ਹੈ। ਠੀਕ। ਉਹ ਮੇਰੇ ਤੋਂ ਪਹਿਲਾਂ ਹੋਰ ਵੀ ਅੱਛੇ ਅੱਛੇ ਨਾਮਵਰ ਪੰਜਾਬ ਦੇ ਗਾਉਣ ਵਾਲੇ ਆਏ ਸਨ, ਉੱਥੇ ਮੌਜੂਦ ਸਨ ਜਨਾਬ। ਮੇਰੇ ਕੋਲ ਜੋੜੀ ਚਿਮਟੇ ਦਾ ਗਾਉਣ ਵੀ ਹੈ ਸੀ ਜੀ, ਮਗਰ ਮੈਂ ਨਾਲ ਨਾਲ ਹੀਰ ਪੜ੍ਹਨੀ, ਸਹਿਮਲੂ ਪੜ੍ਹਨਾ, ਤਫਸੀਰ ਯੂਸਫ ਦੀ ਮੈਂ ਇੱਕ ਨਵੀਂ ਧੁਨ ਬਣਾਈ। ਅੱਛਾ। ਜਿਸ ਨੂੰ ਉਹ ਜਾਨਕੀ ਨਾਸ ਤੇ ਕੋਈ ਪਸੰਦ ਨਾ ਕੀਤਾ। ਅੱਛਾ। ਉਹ ਕਹਿਣ ਲੱਗਾ ਇਹ ਤੇ ਵੈਨ ਜੇ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਅੱਛਾ। ਮੈਂ ਉਹ ਜਨਾਬ ਤਫਸੀਰ ਯੂਸਫ ਦੀ ਤਰਜ਼ ਬਣਾਈ। ਅੱਛਾ। ਉਸ ਵੇਲੇ ਅੱਲਾ ਜੰਨਤ ਨਸੀਬ ਕਰੇ, ਸਾਡੇ ਮੁਲਕ 'ਚ ਮੌਲੀ ਨੂਰ ਮੁਹੰਮਦ ਸਾਹਿਬ ਦਾ ਬਹੁਤ ਨਾਂ ਸੀ, ਉਹ ਤਫਸੀਰ ਯੂਸਫ ਮਾਸ਼ਾਅੱਲਾ ਬਹੁਤ ਅੱਛੀ ਪੜ੍ਹਦੇ ਸਨ, ਜਿਹੜੀ ਕਿਤਾਬੀ ਤਰਜ਼ ਹੁੰਦੀ। ਅੱਛਾ ਜੀ। ਮੈਂ ਇਸ ਨੂੰ ਰਿਦਮ ਨਾਲ ਤਿਆਰ ਕੀਤਾ। ਅੱਛਾ। ਜਿਸ ਦੀ ਤੁਸੀਂ ਜਨਾਬ ਸਾਡੇ ਰੇਡੀਓ ਪਾਕਿਸਤਾਨ 'ਚ ਵੀ ਜਮਹੂਰ ਦੀ ਆਵਾਜ਼ 'ਚ ਉਹ ਧੁਨ ਆਉਂਦੀ, ਇਹ ਧੁਨ ਜਨਾਬ ਵੀ ਕਲਾਂਡ ਵਾਲਾ ਮੈਨੂੰ ਉਹਨਾਂ ਦਿੱਤਾ। ਅੱਛਾ। ਹੁਣ ਤੱਕ ਉਹ ਲੋਕ ਪਹਿਲੇ ਮੇਰੇ ਰਿਕਾਰਡ ਤੋਂ ਜਨਾਬ ਰਹੇ ਨਹੀਂ ਇਸ ਮੁਲਕ 'ਚ, ਉਹ ਰਿਕਾਰਡ ਦੇ ਵਿੱਚ ਕੋਈ ਪਛਾਣਿਆ ਨਹੀਂ ਸੀ ਜਾਂਦਾ, ਇੱਕ ਕਲਾਰਨ ਸੀ ਠੀਕ, ਤਾਂ ਇੱਕ ਜਨਾਬ ਕੜਾ ਸੀ। ਅੱਛਾ। ਇੱਕ ਚਿਮਟਾ ਸੀ ਤੇ ਉਹ ਤਿੰਨ ਸਾਲ ਸਨ। ਅੱਛਾ। ਤੇ ਫਿਰ ਤਫਸੀਰ ਯੂਸਫ ਤੋਂ ਉੱਥੇ ਤਵਿਆਂ 'ਚ ਪਰਵਾਈ ਉੱਥੇ ਜਨਾਬ, ਉਹ ਜਨਾਬ ਮੈਂ ਉਹ ਰਿਕਾਰਡ ਕੀਤਾ। ਅੱਛਾ। ਉਹ ਮੈਂ ਤਰਜ਼ ਆਪਣੀ ਜਨਾਬ ਪੇਸ਼ ਕਰਾਂਗਾ ਜਿਹੜੀ ਕਿ ਬੇਹੱਦ ਮਕਬੂਲ ਹੋਈ, ਤੇ ਉਹ ਮਿਹਰਬਾਨੀ ਫਰਮਾ ਕੇ ਤੁਸੀਂ ਉਹੀ ਸੁਣਾਓ ਸਾਨੂੰ। ਉਹੀ ਜਨਾਬ ਜੀ, ਮਹਿਮਾਨ ਆਏ ਨੇ ਵੀ ਸੁਣ ਕੇ ਤੇ ਖੁਸ਼ ਹੋਣ ਵੀ। ਬਹੁਤ ਮਿਹਰਬਾਨੀ ਜਨਾਬ, ਮੈਂ ਬੜਾ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਖਿਦਮਤ ਦਾ ਮੌਕਾ ਦਿੱਤਾ ਹੈ ਜੀ, ਮਿਹਰਬਾਨੀ। ਤੇ ਮੈਂ ਜਨਾਬ ਤੁਹਾਡੀ ਖਿਦਮਤ 'ਚ ਉਹ ਤਫਸੀਰ ਯੂਸਫ ਉਹ ਬੋਲ ਪੇਸ਼ ਕਰਾਂਗਾ, ਉਹੀ ਤਰਜ਼ ਜੀ, ਜ਼ੈਨਬ ਦੀ ਫਰਿਆਦ ਸੀ ਜੀ ਉਹਦਾ ਨਾਮ। ਅੱਛਾ ਜੀ। ਵੇਲੇ ਯਾਕੂਬ ਨਬੀ ਥੀ ਯੂਸਫ ਹੋ ਗਿਆ ਰਾਈ, ਜ਼ੈਨਬ ਖਾਤੂ ਭੈਣ ਯੂਸਫ ਦੀ ਘਰ ਵਿੱਚ ਸੁੱਤੀ ਆਈ, ਇਹ ਤੁਰ ਜਾਵਣ ਯੂਸਫ ਦਾ ਉਸਨੂੰ, ਤੁਰ ਜਾਵਣ ਯੂਸਫ ਦਾ ਉਸਨੂੰ, ਹਾਲ ਮਲੂਮ ਨੀ ਕੋਈ, ਹਾਬੇ ਅੰਦਰ ਉਸਦੇ ਤਾਈ ਹਾਲਤ ਜ਼ਾਹਿਰ ਹੋਈ, ਕਿਆ ਵੇਖੇ ਵੀਰਾਨਾ ਜੰਗਲ, ਕਿਆ ਵੇਖੇ
वीराना जंगल दूर उजाड़ जमींदार लिया पगयाड़ा यूसुफ रोंदा प्यावे मरींदा गोश्त कट कट खावण जोरू आवण कर कर ताईया कित वल जावे कौन छुड़ावे रो रो करे वे दुहाईया ए बाबल बाबल याद करेंदा बाबल बाबल याद करेंदा लेंदा ना चाड़ कलावे आत्म जात छुड़ावण वाला नेड़े नजर नया आवे ओ मुंह विच इक पगयाड़ यूसुफ नू गोरू पकड़ उठाया पाती जिमी विच डिग पिया यूसुफ मुड़ के नजर नहीं आया देखिए भैन प्यारी क्यों कर लड़के फंड उड़ावन आवन वारो आरी होश आई ता घर विच उसनू होश आई ता घर विच उसनू यूसुफ नजर नहीं आया इधर उधर ढूंढन लगी है रो कर हाल सुनाया आकर बाप प्यारे अगे आकर बाप प्यारे अगे जैन भी अर्ज गुजारी या नबी अल्लाह आज तुसानू अकल ना कीती यारी याद रखो आज यूसुफ ताई ओ याद रखो आज यूसुफ ताई बारे कत्ल करे सुनू जिसनू प्यारा प्यारा आख दुश्मन वांग बुरे अफसोस प्यारा पाई अफसोस प्यारा पाई मिलके गया नहीं मैनू यूसुफ सोना यूसुफ सोना नाम बुलावा के हथी दफन जिनानू करिए हथी दफन जिनानू करिए लै गई आस उनांदी दूर गया दी ढीक हमेशा दिल तू मूल नहीं जांदी अफसोस प्यारा पाई मिलके गया नहीं मैनू यूसुफ सोना यूसुफ सोना नाम बुलांगी गेनू ओड़क प्याती मगर यूसुफ दे ओड़क प्याती मगर यूसुफ दे मोड़न कारन ताने यूसुफ ते याकूब पैगंबर खड़े रहे उस ठिकाने ओ खड़े रहे उस ठिकाने जी खड़े रहे उस ठिकाने जी खड़े रहे उस ठिकाने